ਜੀ ਸਤਿ ਸ਼੍ਰੀ ਅਕਾਲ ਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇੱਦਾਂ ਉਂਗਲ ਮਾਰ ਕੇ ਨਾਲੇ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਓ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ OSD ਕੈਪਟਨ ਸੰਦੀਪ ਸੰਧੂ ਨੇ ਅੱਜ 44ਵੇਂ ਲਿਬਰਲ ਇੰਡੀਆ ਹਾਕੀ ਟੂਰਨਾਮੈਂਟ ਦਾ ਉਦਘਾਟਨ ਕੀਤਾ ਹੈ ਇਸ ਮੌਕੇ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਇਹ ਮੁਕਾਬਲੇ 1976 ਤੋਂ ਲਗਾਤਾਰ ਚੱਲ ਰਹੇ ਨੇ ਅਤੇ ਉਹ ਖੁਦ 8 ਸਾਲ ਇਸ ਵਕਾਰੀ ਸਕੂਲ ਪੰਜਾਬ ਪਬਲਿਕ ਸਕੂਲ ਨਾਭਾ ਵਿੱਚ ਪੜ੍ਹਦੇ ਹਨ ਆਪਣੇ ਵਿਦਿਆਰਥੀ ਜੀਵਨ ਵਿੱਚ ਦਰਸ਼ਕਾਂ ਵਿੱਚ ਬੈਠ ਕੇ ਉਹਨਾਂ ਨੇ ਇਸ ਮੁਕਾਬਲੇ ਦਾ ਆਨੰਦ ਮਾਣਿਆ ਸੀ ਅਤੇ ਕਦੀ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਇਸ ਵਕਾਰੀ ਮੁਕਾਬਲੇ ਦਾ ਉਹ ਖੁਦ ਕਦੇ ਉਦਘਾਟਨ ਵੀ ਕਰਨਗੇ ਕੈਪਟਨ ਸੰਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਖੇਡਾਂ ਵਿੱਚ ਪ੍ਰਫੁੱਲਿਤ ਕਰਨ ਅਤੇ ਨੌਜਵਾਨ ਖੇਡਾਂ ਨਾਲ ਜੋੜਨ ਲਈ ਬਣਾਈ ਨੀਤੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਰਕਾਰ ਤੋਂ ਇਲਾਵਾ ਜੇਕਰ ਉਦਯੋਗਪਤੀ ਅਤੇ ਨਿੱਜੀ ਖੇਤਰ ਖੇਡਾਂ ਵਿੱਚ ਅੱਗੇ ਹੋ ਕੇ ਸ਼ਮੂਲੀਅਤ ਕਰੇ ਤਾਂ ਸਾਡਾ ਨੌਜਵਾਨ ਵਰਗ ਜਿੱਥੇ ਨਸ਼ੇ ਦੀ ਲਾਨਤ ਤੋਂ ਦੂਰ ਰਹੇਗਾ ਉੱਥੇ ਹੀ ਸਿਹਤਮੰਦ ਵੀ ਹੋਵੇਗਾ ਸੋਚ ਸੀ ਕਿ ਚਲੋ ਜੇ ਪਿਛਲੇ 4-5 ਦਿਨਾਂ ਦੇ ਵਿੱਚ ਤੁਹਾਡੇ ਵੱਲੋਂ ਇਹ ਚੀਜ਼ ਨੂੰ ਇਸ ਮੁੱਦੇ ਨੂੰ ਉਠਾਇਆ ਗਿਆ ਤਾਂ ਚਲੋ ਇਸ ਦੀ ਆਪਾਂ ਇਨਕੁਆਇਰੀ ਕਰੀਏ ਉੱਥੇ ਲੋੜ ਪੈਂਦੀ ਹੈ ਏਜੰਸੀ ਦੀ ਜਿੱਥੇ ਭਾਵਨਾ ਜਾਂ ਕੋਸ਼ਿਸ਼ ਜਾਂ ਕਥਨੀ ਵਿੱਚ ਸਰਕਾਰ ਫਰਕ ਰੱਖੇ ਸਰਕਾਰ ਨੇ ਤਾਂ ਆਉਂਦਿਆਂ ਪਹਿਲੇ 1.5 ਸਾਲ 'ਚ ਹੋਰ ਕੰਮ ਹੀ ਨਹੀਂ ਕੀਤਾ ਉਹ ਜੇਲ੍ਹ ਬ੍ਰੇਕਾਂ ਇਲੈਕਸ਼ਨਾਂ ਤੋਂ ਪਹਿਲਾਂ ਆਹਾ ਨਾਭੇ ਸ਼ਹਿਰ ਤੋਂ ਹੀ ਹੋਇਆ ਸੀ ਆਪਾਂ ਕੀ ਨਹੀਂ ਦੇਖਿਆ ਗਾ ਅਤੇ ਤੁਸੀਂ 1.5 ਸਾਲ 'ਚ ਦੇਖੋ ਵੀ ਕਿੱਥੇ ਆ ਉਹ ਜਾਂ ਤਾਂ ਦੁਬਾਰਾ ਜੇਲ੍ਹਾਂ ਦੇ ਅੰਦਰ ਹੈ ਅਤੇ ਜਾਂ ਉਹ ਇਸ ਦੁਨੀਆ 'ਤੇ ਨਹੀਂ ਹੈਗੀ ਨਹੀਂ ਜਿੱਦਾਂ ਪੰਜਾਬ ਦੇ ਮੰਤਰੀ ਜਿਹੜੇ ਨੇ ਉਹ ਜਿੱਦਾਂ ਮਜੀਠੀਆ ਦੇ ਨਾਲ ਦੇਖੋ ਸਿਆਸਤ ਦੇ ਵਿੱਚ ਚੀਜ਼ਾਂ ਚੱਲਦੀਆਂ ਬਹਿਸਬਾਜ਼ੀਆਂ ਔਰ ਜਿਹੜੀ ਇਸ਼ੂ ਤੁਸੀਂ ਲਿਆਂਦਾ ਨੋਟਿਸ 'ਚ ਆਹ ਗੱਲ ਕੀਤੀ ਹੈ ਉਸ ਲਈ CM ਸਾਹਿਬ ਨੇ ਆਲਰੇਡੀ ਹੁਣ ਇਨਕੁਆਇਰੀ ਆਰਡਰ ਕਰਤੀ ਹੈ DGP ਸਾਹਿਬ ਲੈਵਲ 'ਤੇ ਆਪਾਂ ਨੂੰ ਉਸ ਚੀਜ਼ ਨੂੰ ਉਡੀਕਣਾ ਚਾਹੀਦਾ ਕਿਉਂਕਿ ਜਿਹੜੀ ਵੀ ਚੀਜ਼ ਆਪਾਂ ਆਰਡਰ ਕਰਦੇ ਹਾਂ ਇਨਕੁਆਇਰੀ ਜਿਹੜੀ ਆਪਾਂ ਅਨਾਊਂਸ ਕਰਦੇ ਹਾਂ ਉਹਦਾ ਜਿਹੜਾ ਨਤੀਜਾ ਹੁੰਦਾ ਉਹ ਵੀ ਅੱਗੇ ਰੱਖਿਆ ਜਾਂਦਾ ਨਤੀਜਾ ਆਪਣੇ ਸਾਹਮਣੇ ਆਊਗਾ ਆਪਾਂ ਉਸਦੇ ਇੰਤਜ਼ਾਰ ਕਰੀਏ ਤੁਸੀਂ ਪੜ੍ਹੇ ਉਹ ਨਾਭੇ ਨਾਲ ਪਤਾ ਲੱਗਿਆ ਵੀ ਬਹੁਤ ਗਹਿਰਾ ਰਸਤਾ ਹੈ ਨਾਭੇ ਦੀ ਇਸ ਟਾਈਮ ਜਿਹੜੀ ਹਾਲਤ ਹੈ ਉਹ ਬਹੁਤ ਮਤਲਬ ਵੱਧ ਤੋਂ ਬਦਤਰ ਹੈ ਗੰਦਗੀ ਦੇ ਢੇਰ ਕੋਈ ਸੜਕ ਜਿਹੜੀ ਹੈ ਉਹ ਸਹੀ ਨਹੀਂ ਹੈਗੀ ਇੱਧਰ ਮੇਰੇ ਖਿਆਲ 'ਚ ਬੜੇ ਮੈਂ ਮੰਤਰੀ ਸਾਹਿਬ ਨੂੰ ਕੱਲ੍ਹ ਮਿਲਿਆ ਸੀਗਾ ਔਰ ਮੈਂ ਜਿਹਨੂੰ ਕਹਿ ਲਓ ਉਹਨਾਂ ਦੀ ਆਗਿਆ ਦੇ ਨਾਲ ਹੀ ਮੈਂ ਇੱਥੇ ਪਹੁੰਚਿਆ ਉਹਨਾਂ ਨੇ ਵੀ ਇਹ ਗੱਲ ਅਸੀਂ ਜਦੋਂ ਕਰ ਰਹੇ ਸੀਗੇ ਮੇਰਾ ਖਿਆਲ ਹੈ ਬੜੀ ਜਲਦੀ ਇਹ ਜਿਹੜੇ ਤੁਸੀਂ ਇਹ ਮੁੱਦੇ ਉਠਾਏ ਇਹ ਬੜੇ ਜਲਦੀ ਹੱਲ ਹੋਣਗੇ ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ TV ਕਰੇਗਾ ਸੱਚ ਦਾ ਖੁਲਾਸਾ ਤੁਸੀਂ ਦੇਖਦੇ ਰਹੋ ਪੰਜਾਬ TV ਸੱਚ ਅਤੇ ਹੱਕ ਦੀ ਆਵਾਜ਼